ਵੀਡੀਓ ਪਾਈ ਹੈ ਸੋਸ਼ਲ ਮੀਡੀਆ ਤੇ ਕੀ ਕਹਿਣਾ ਚਾਹੁੰਦੇ ਨੇ ਬਾਰੇ? ਹਾਂਜੀ ਸਰ, ਇੱਥੇ ਨਾ ਚਾਰ ਬੱਚਿਆਂ ਦੀ ਲੜਾਈ ਹੋਈ ਸੀ ਸਾਡੇ ਦੀ, ਸਾਡਾ ਬੱਚਾ ਵਿੱਚ ਸੀ ਤੇ ਜਦੋਂ ਚੌਂਕੀ ਵਾਲੇ ਲੈ ਗਏ ਕਾਕੇ ਬੱਚੇ ਨੂੰ ਤੇ ਸਾਤੋਂ 20,000 ਰੁਪਏ ਦੀ ਮੰਗ ਕੀਤੀ ਗਈ, ਜਿਹਦੇ ਚ ਮੈਂਬਰ ਨੇ ਵੀ 10,000 ਤੇ ਨਿਬੜਿਆ ਵੀ 10,000 ਚਾਰਾਂ ਘਰਾਂ ਤੋਂ 2,500 ਰੁਪਇਆ ਇਕੱਠਾ ਕੀਤਾ ਜੀ। ਅਸੀਂ ਪੈਸੇ ਚਾਰ ਨੀ ਮੈਂਬਰ ਨੂੰ ਦਿੱਤੇ ਆ ਤੇ ਜਿਹੜੇ ਅਸੀਂ ਜਦੋਂ ਚੌਂਕੀ ਚ ਗਏ ਜੀ ਵੀ ਤੁਹਾਡਾ ਨਾਂ ਲੈ ਕੇ ਪੈਸੇ ਲੈਂਦੇ ਆ ਤਾਂ ਉਹਨਾਂ ਨੇ ਉੱਥੇ ਸਾਨੂੰ ਥਾਣੇਦਾਰ ਨੇ ਸਾਨੂੰ ਬਹੁਤ ਹੀ ਬੇਇੱਜ਼ਤ ਕੀਤਾ ਜੀ। ਸਾਨੂੰ ਕਿਹਾ ਵੀ ਤੁਹਾਨੂੰ ਥਾਣੇ ਚ ਘੜੀਸੂਗਾ, ਤੁਹਾਨੂੰ ਐਂ ਕਰੂੰਗਾ। ਥੱਕ ਕੇ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਆਪਦੀ ਵੀਡੀਓ ਬਣਾਈ ਜੀ, ਵੀਡੀਓ ਬਣਾਈ ਜੀ। ਬਾਕੀ ਜਿਹੜਾ ਇਹ ਵੀਰਪਾਲ ਕੌਰ ਦਾ ਇਲਜ਼ਾਮ ਹੈ ਜੀ ਮੇਰੇ ਤੇ 4,500 ਦਾ, ਸਰ ਮੈਂ ਕੋਈ ਪੰਚਾਇਤ ਮੈਂਬਰ ਨੀ, ਕੋਈ ਅਧਿਕਾਰੀ ਨੀ, ਕੁਛ ਨੀ ਹੈ ਤੇ ਸਰ ਫਿਰ ਮੈਂ ਪੈਸੇ ਕਾਸ ਰਾਹੀਂ ਲੈ ਸਕਦੀ ਹਾਂ ਜਾਂ ਮੇਰੀ ਕੋਈ ਪੁਲਿਸ ਵਾਲਾ ਨਾ ਮੀਟਿੰਗ ਕਿਵੇਂ ਹੋ ਸਕਦੀ ਹੈ? ਸਰ ਇਹ ਪੁਲਿਸ ਵਾਲੇ ਬਿਆਨ ਕਰਕੇ ਦੱਸਣਗੇ ਵੀ ਜਾਂ ਮੈਂ ਉਨੀ ਜਾਂਦੀ ਹਾਂ ਕਿਵੇਂ ਕੀ ਚੱਕਰ ਹੈ। ਵੀਡੀਓ ਪਾਈ ਹੈ ਸੋਸ਼ਲ ਮੀਡੀਆ ਤੇ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਹਾਂਜੀ ਸਰ, ਇੱਥੇ ਨਾ ਚਾਰ ਬੱਚਿਆਂ ਦੀ ਲੜਾਈ ਹੋਈ ਸੀ ਸਾਡੇ ਦੀ, ਸਾਡਾ ਬੱਚਾ ਵਿੱਚ ਸੀ ਤੇ ਜਦੋਂ ਚੌਂਕੀ ਵਾਲੇ ਲੈ ਗਏ ਕਾਕੇ ਬੱਚੇ ਨੂੰ ਤੇ ਸਾਤੋਂ 20,000 ਰੁਪਏ ਦੀ ਮੰਗ ਕੀਤੀ ਗਈ, ਜਿਹਦੇ 'ਚ ਮੈਂਬਰ ਨੇ ਵੀ 10,000 'ਚ ਨਿਬੜਿਆ ਵੀ 10,000 ਚਾਰਾਂ ਘਰਾਂ ਤੋਂ 2,500 ਰੁਪਇਆ ਇਕੱਠਾ ਕੀਤਾ ਜੀ। ਅਸੀਂ ਪੈਸੇ ਚਾਰ ਨੀ ਮੈਂਬਰ ਨੂੰ ਦਿੱਤੇ ਆ ਤੇ ਜਿਹੜੇ ਅਸੀਂ ਜਦੋਂ ਚੌਂਕੀ 'ਚ ਗਏ ਜੀ ਵੀ ਤੁਹਾਡਾ ਨਾਂ ਲੈ ਕੇ ਪੈਸੇ ਲੈਂਦੇ ਆ ਤਾਂ ਉਹਨਾਂ ਨੇ ਉੱਥੇ ਸਾਨੂੰ ਥਾਣੇਦਾਰ ਨੇ ਸਾਨੂੰ ਬਹੁਤ ਹੀ ਬੇਇੱਜ਼ਤ ਕੀਤਾ ਜੀ। ਸਾਨੂੰ ਕਿਹਾ ਵੀ ਤੁਹਾਨੂੰ ਥਾਣੇ 'ਚ ਘੜੀਸੂਗਾ, ਤੁਹਾਨੂੰ ਐਂ ਕਰੂੰਗਾ। ਥੱਕ ਕੇ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਆਪਦੀ ਵੀਡੀਓ ਬਣਾਈ ਜੀ, ਵੀਡੀਓ ਬਣਾਈ ਜੀ। ਬਾਕੀ ਜਿਹੜਾ ਇਹ ਵੀਰਪਾਲ ਕੌਰ ਦਾ ਇਲਜ਼ਾਮ ਹੈ ਜੀ ਮੇਰੇ ਤੇ 4,500 ਦਾ, ਸਰ ਮੈਂ ਕੋਈ ਪੰਚਾਇਤ ਮੈਂਬਰ ਨੀ, ਕੋਈ ਅਧਿਕਾਰੀ ਨੀ, ਕੁਛ ਨੀ ਹੈ ਤੇ ਸਰ ਫਿਰ ਮੈਂ ਪੈਸੇ ਕਾਸ ਰਾਹੀਂ ਲੈ ਸਕਦੀ ਹਾਂ ਜਾਂ ਮੇਰੀ ਕੋਈ ਪੁਲਿਸ ਵਾਲਾ ਨਾਲ ਮੀਟਿੰਗ ਕਿਵੇਂ ਹੋ ਸਕਦੀ ਹੈ? ਸਰ ਇਹ ਪੁਲਿਸ ਵਾਲੇ ਬਿਆਨ ਕਰਕੇ ਦੱਸਣਗੇ ਵੀ ਜਾਂ ਮੈਂ ਉਨੀ ਜਾਂਦੀ ਹਾਂ ਕਿਵੇਂ ਕੀ ਚੱਕਰ ਹੈ। ਸਾਡੇ 4 ਬੱਚਿਆਂ ਦੀ ਲੜਾਈ ਸੀਗੀ ਸਾਡੇ ਘਰੇ ਇੱਥੇ ਪਿੰਡ 'ਚ, ਬਸ ਉਹਦੇ ਵਿੱਚ ਜੀ 10,000 ਰੁਪਇਆ ਇਹਨਾਂ ਨੇ ਮੰਗ, 20,000 ਰੁਪਇਆ ਕੀਤੀ ਮੰਗ, 10 ਅਸੀਂ ਇਕੱਠਾ ਕਰਕੇ ਦਿੱਤਾ ਜੀ। ਸਾਰੇ ਬੰਦੇ ਸੀ ਚਰਨਜੀਤ ਦੇ ਨਾਲ ਆ ਜੀ, ਜਿਹੜਾ ਇਹ ਬਦਨਾਮ ਕਰਦੇ ਆ ਇਹ ਔਰਤ, ਸਾਡੇ ਪਹਿਲਾਂ ਪਿੰਡ ਦੇ ਵਿੱਚੋਂ 4,500 ਰੁਪਇਆ ਕਿਸੇ ਔਰਤ ਤੋਂ ਦਵਾਇਆ ਗਿਆ ਸੀ ਇਹਨਾਂ ਨੇ, ਨੂੰ ਸੱਸ ਨੇ ਕਈ ਪੰਚਾਇਤ ਮੈਂਬਰ ਨੂੰ ਬਦਨਾਮ ਕਰਦੇ ਆ, ਸਾਰਾ ਪਿੰਡ ਅਸੀਂ ਮੈਂਬਰ ਦੇ ਨਾਲ ਆ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਬਾਈ ਸਾਡੇ ਝਗੜਾ ਹੋਇਆ ਸੀ ਮੁੰਡਿਆਂ ਦਾ ਅਤੇ ਬਜ਼ੁਰਗ ਦਾ, ਉਹਨਾਂ ਦੇ ਵਿੱਚ ਅਸੀਂ ਪੰਚਾਇਤ ਦੇ ਮੈਂਬਰ ਨੂੰ ਬੁਲਾਇਆ ਗਿਆ ਸੀਗਾ ਜੀ ਵੀ ਸਾਡਾ ਰੌਲਾ ਨਿਬੇੜਿਆ ਜਾਵੇ ਅਤੇ ਉਹ ਸਾਡੇ ਰੌਲੇ ਦੇ ਵਿੱਚ ਆਏ ਨੇ ਪੰਚਾਇਤ ਮੈਂਬਰ ਅਤੇ ਜਿਹੜੇ ਬੁੜੀਆਂ ਨੇ ਵੀਡੀਓ ਪਾਈ ਸੀਗੀ ਉਹਨਾਂ ਦਾ ਲੜਕਾ ਵੀ ਇਹਨਾਂ ਦੇ ਵਿੱਚ ਰੌਲੇ ਦੇ ਵਿੱਚ ਹੀ ਸੀਗਾ ਅਤੇ ਉਹਨਾਂ ਬੁੜੀਆਂ ਨੇ ਔਰਤਾਂ ਨੇ ਜਿਹੜਾ ਝੂਠਾ ਦੋਸ਼ ਲਾਇਆ ਹੈ ਅਤੇ ਵੀ ਮੈਂਬਰ ਪੰਚਾਇਤ ਮੈਂਬਰ ਸਾਤੋਂ ਪੈਸੇ ਲੈ ਗਿਆ ਅਤੇ ਆਪਣੇ ਮੁਲਾਜ਼ਮ ਨੇ ਪੈਸੇ ਲਿੱਤੇ ਨੇ, ਇਹ ਸਭ ਝੂਠ ਨੇ, ਉਹ ਕਿਸੇ ਨੇ ਕੋਈ ਪੈਸਾ ਨਹੀਂ ਲਿੱਤਾ ਹੈਗਾ। ਜੋ 2 ਪੈਸੇ ਉਹਨਾਂ ਨੇ ਇਕੱਠੇ ਕੀਤੇ ਸੀ ਅਸੀਂ ਆਪਦੇ ਰੌਲੇ ਵਾਸਤੇ ਇਕੱਠੇ ਕੀਤੇ ਸੀ ਵੀ ਆਪਣੇ ਜਵਾਨਤਾ ਹੋਣਗੀਆਂ ਜਾਂ ਹੋਰ ਰਾਹ 'ਚ ਤੇਲ ਪਾਣੀ 'ਤੇ ਖਰਚ ਆਊਗਾ, ਇਹ ਸਾਰੇ ਜਿਹੜੇ ਦੋਸ਼ ਲਾਏ ਨੇ ਬੇਬੁਨਿਆਦ ਨੇ। ਇਕੱਠਾ ਕਰਿਆ ਉਹ ਵਕੀਲ ਉਹਨੂੰ ਵੀ ਦੇਣਾ ਪਊਗਾ, ਰਾਹਦਾਰੀ 'ਚ ਪੈਸੇ ਵੀ ਲੱਗਣਗੇ ਅਤੇ ਇਹਨਾਂ ਦੇ ਵਿੱਚ ਲੜਾਈ ਦੇ ਝਗੜੇ ਵਿੱਚ ਮੇਰਾ ਬੱਚਾ ਆਪਦਾ ਵੀ ਸ਼ਾਮਿਲ ਸੀਗਾ ਜਾਣੀ ਕਿ, ਅਤੇ ਜੋ ਕੋਈ ਕੁਛ ਪਹਿਲਾਂ ਕਸੂਰ ਜਾਣੀ ਕਿ ਬਜ਼ੁਰਗ ਨੇ ਕੀਤਾ ਸੀਗਾ, ਉਸ ਤੋਂ ਬਾਅਦ ਬੱਚਿਆਂ ਤੋਂ ਗਲਤੀ ਹੋ ਗਈ। ਉਹ ਕਾਨੂੰਨੀ ਕਾਰਵਾਈ ਜਿਹੜੇ ਉਹ ਹੈਗੀ ਆ ਜੀ, ਉਹ ਬੁੜੀਆਂ 'ਤੇ ਹੋਣੀ ਚਾਹੀਦੀ ਜੀ, ਝੂਠਾ ਦੋਸ਼ ਲਾਉਂਦੇ ਆਉਣ 'ਤੇ। ਇਹ ਜਿਹੜਾ ਰਾਖਾ ਰੌਲਾ ਝਗੜਾ ਛੱਡਦੇ ਸੀ ਉਹਦੇ ਵਿੱਚ ਮੇਰਾ ਲੜਕਾ ਵੀ ਸੀਗਾ, ਉਹਦੇ ਵਿੱਚ ਇਹਦੇ ਵਿੱਚ ਅਸੀਂ ਪੰਚਾਇਤ ਦਾ ਮੈਂਬਰ ਸੱਦੇ ਸੀ, ਉਹਦੇ ਵਿੱਚ ਪੰਚਾਇਤ 'ਤੇ ਦੋਸ਼ ਲਾਇਆ ਗਿਆ ਕਚਰਨ ਸਿੰਘ 'ਤੇ ਵੀ ਉਹ ਇਹ ਝੂਠਾ ਉਹ ਕਰਦਾ ਸੀਗਾ ਜੀ। ਇਹ ਇੱਕ ਸਾਡੇ ਉਹ ਲਾਇਆ ਇਲਜ਼ਾਮ ਲਾਉਂਦੇ ਆ, ਕੋਈ ਕਿਸੇ ਦੇ ਮੈਂਬਰ ਨੇ ਹੱਥੋਂ ਕੋਈ ਪੈਸਾ ਨਹੀਂ ਲਿਆ, ਕੋਈ ਪੁਲਿਸ ਬੁਲਾ ਦੇ ਲਿਆ, ਕੋਈ ਕਿਸੇ ਨੇ ਹੱਥੋਂ ਮੰਗਿਆ ਨਹੀਂ। ਇਹ ਜਿਹੜੇ ਇਹ ਪੈਸਿਆਂ ਪਾਸੇ ਗੱਲ ਹੋਈ ਸੀ ਸਾਡੀ ਆਪ ਇਹਦੀ ਗੱਲ ਆ, ਜਿੱਦਾਂ ਅਸੀਂ ਕਹਾਂ ਕੋਈ ਵਕੀਲ ਕਰਨਾ ਪੈਂਦਾ, ਕੋਈ ਝਗੜਾ ਕਰਨਾ ਪੈਂਦਾ, ਕਹਾਂ ਉਹਦੇ ਵਾਸਤੇ ਅਸੀਂ ਪੈਸਾ ਆਪਦੇ ਘਰੇ ਘਰੇ ਉਹ ਕਰਿਆ ਸੀ। ਹੋਰ ਸਾਡੇ ਕੋਲ ਕੋਈ ਪੁਲਿਸ ਨੇ ਜਾਂ ਕੋਈ ਮੈਂਬਰ ਨੇ ਹੱਥੋਂ ਕੋਈ ਪੈਸਾ ਨਹੀਂ ਮੰਗਿਆ, ਪ੍ਰਸ਼ਾਸਨ ਦਾ ਝੂਠਾ ਦੋਸ਼ ਲਾਇਆ। 4,500 ਰੁਪਇਆ ਲਿੱਤਾ ਸੀ ਜਿਹੜਾ ਘਰੇਲੂ ਝਗੜਾ ਸੀ ਜੀ, ਅਤੇ 4,500 ਰੁਪਇਆ ਲਿੱਤਾ ਜੀ ਜਦੋਂ ਮੈਂ ਇਹਨਾਂ ਨੂੰ ਮੈਂਬਰਾਂ ਨੂੰ ਸਰਪੰਚਾਂ ਨੂੰ ਦੱਸਿਆ ਜੀ, ਅਤੇ ਉਹ ਕਹਿੰਦੇ ਵੀ ਕਾਹਤੋਂ ਲਿੱਤਾ ਸੀ ਤੈਥੋਂ ਪੈਸੇ ਇਹਨਾਂ ਨੇ, ਅਤੇ ਵੀ ਮੈਂ ਕਿਹਾ ਕਿ ਵੀ ਐਂ ਕਰਕੇ ਮੈਥੋਂ ਧਮਕੀਆਂ ਵੀ ਦੇਣਗੇ ਤੈਨੂੰ ਫਲਾਣਾ ਦੇਣਗੇ ਜੀ, ਅਤੇ ਇਹ ਝੂਠਾ ਇਲਜ਼ਾਮ ਲਗਾਉਂਦੀਆਂ ਨੇ ਜੀ, ਅਤੇ ਪੁਲਿਸ ਦੇ ਨਾਂ 'ਤੇ ਇਹ ਪੈਸੇ ਖਾਂਦੀਆਂ ਨੇ, ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ। ਕੌਣ ਕੌਣ ਹੈ? ਸਿਮਰਜੀਤ ਕੌਰ ਜੀ, ਸੱਸ ਨੂੰ ਹਾਣੀ ਜੀ। ਇੱਕ ਦਰਖਾਸਤ ਅਵਤਾਰ ਸਿੰਘ ਵਾਸੀ ਪੱਖੋਂ ਕਹਿੰਦੇ ਬਰਖਿਲਾਫ ਆਕਾਸ਼ਦੀਪ ਵਗੈਰਾ 'ਤੇ ਉਸ ਦੀ ਕੁੱਟਮਾਰ ਕਰਨ ਸੰਬੰਧੀ ਦਿੱਤੀ ਸੀ, ਪੜਤਾਲ ਕਰਕੇ ਆਕਾਸ਼ਦੀਪ ਵਗੈਰਾ ਦੇ ਖਿਲਾਫ ਮੁਕੱਦਮਾ ਨੰਬਰ 60 ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ। ਹੁਣ ਇੱਕ ਦਰਖਾਸਤ ਮੈਂਬਰ ਪੰਚਾਇਤ ਗੁਰਚਰਨ ਸਿੰਘ ਨੇ ਦਿੱਤੀ ਹੈ ਕਿ ਇਸ ਦੀ ਸਿਮਰਜੀਤ ਕੌਰ ਅਤੇ ਉਸ ਦੀ ਸੱਸ ਰਣਜੀਤ ਕੌਰ
सोशल मीडिया से पंच गुरचरण सिंह के पैसे मंगने संबंधी वीडियो वायरल करके बदनाम कर रही हैं, जिस की पड़ताल जारी है जी। सब तो पहला तो मेरी नगर निवासियों इलाका वासियों वीर सब तो पहला सत श्री अकाल। मैं एक एक्सर्विसमैन गुरचरण सिंह मौजूदा पंचायत मैंबर, मैनू पिंड के लोगों ने मेरे वार्ड वासियों ने सर्वसम्मति नाल मैंबर बनाया। पहला मैं फौज के 20 साल सेवा की इमानदारी। कुछ दिन पहला एक वीडियो वायरल हुई सी सोशल मीडिया से, जिस दे विच दो औरतों वालों मेरे ते इल्जाम लाए गए सी पैसे लैन दे, ते वो बिल्कुल मतलब बेबुनियाद ने। उहदे विच मैं ये कहना चाहूँगा कि साढ़े बच्चों की लड़ाई सी, चार बच्चों की पंचायतों नूं इन्हां कम्मां दे विच जाना आना पैंदा है, उहदे विच भी असी शामिल होए। मैनूं साढ़े मेरी वार्ड के मैंबर ही आ सारे जिन्हां दा लड़ाई झगड़ा होया सी, उहदे विच जाना पिया। उहदे विच इन्हां ने मेरे ते यह इल्जाम लाए, एक परिवार ने, जो तीन परिवार है वह तो यह चीज़ कह रहे हैं भी ये कोई पंचायत का कोई पुलिस प्रशासन का लेना देना नहीं, कोई नबेड़ा ही नहीं होया हजे। जदों इन्हें एक परिवार ने मेरे ते इल्जाम लाए से भी पैसे लैन दे, उहदी वजह रंजिश यह है कि कुछ दिन पहला एक दो मियाँ बीबी का झगड़ा आया सीगा पिंड दे विच, उहनू मैं पंचायत के तौर पर सॉर्ट आउट किया चौकी दे विच जाके। वो औरत तो ये बीबी ने जिन्होंने मेरे ते इल्जाम लाए आ 4500 रुपया पुलिस के नाम से उन्हें लिया सी, ते वो चीज़ नू मैं इन्हां नू मतलब पर्दाफाश किया 4500 रुपए का। वजह रंजस उसे का करके उदे तो ये कह रहे हैं कि मैं पंचायत मैंबर नू फसाउणा है। वजह रंजस उस चीज़ पर उही कह रही है कि सातों पैसे ले गए, सानू बदनाम किया गया। इहदे विच जो भी सच्चाई है मैं तो प्रशासन नू मंग करदा, बरनाला SSP साहब नू, ते पंजाब दी कैप्टन सरकार नू, कि जो भी जो सच्चाई है वो कानून ये सामने करे। ये जो वीडियो पाई है सोशल मीडिया ते, ये ना साड़ी बहुत बेइज्जती हुई है। कल नू हालात आ कोरोना वायरस के कारण जो बने हुए है ये सुधरते ने, तो मैं कोर्ट के भी मानहानि का इन्हां ते मामला पेश करांगा। तो मैं प्रशासन नू यही मंग करदा है कि जो इन्हां ते बनदी मतलब ये केस की इनकुआरी की जाए, जीते भी कोई कार्रवाई बनती है चाहे वह मेरे ते होवे चाहे वह इन्हां ते होवे, उहदी निरपक्ष जांच की जाए। धन्यवाद जी।